ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਆਏਗਾ ਮੋਹਾਲੀ ਦੇ 10 ਫੇਜ਼ ਦੇ ਵਿੱਚ। ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਅਫੋਰਡੇਬਲ ਅਤੇ ਘੈਂਟ ਜਿੰਮ ਦਿਖਾਉਣ ਲੱਗਿਆ ਹਾਂ। ਜਿੰਮ ਦਾ ਨਾਂ ਆ ਦਾ ਪੰਪ ਹਾਊਸ। ਜਿੰਮ ਦੇ ਵਿੱਚ ਕੀ ਇਕਿਊਪਮੈਂਟ ਆ, ਕੀ ਫੈਸਿਲਿਟੀ ਆ, ਸਾਰਾ ਕੁਝ ਦਿਖਾਵਾਂਗਾ। ਵੀਡੀਓ ਦੇ ਐਂਡ ਤੱਕ ਬਣੇ ਰਹੋ, ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ, ਵੀਡੀਓ ਸਟਾਰਟ ਕਰਦੇ ਹਾਂ। ਧਿਆਨ ਨਾਲ ਦੇਖ ਲਿਓ ਸਾਰੀ ਵੀਡੀਓ ਨੂੰ। ਹਾਂਜੀ, ਹੁਣ ਆਪਾਂ ਆਏਂਗੇ ਰਿਸੈਪਸ਼ਨ ਦੇ। ਇੱਥੋਂ ਆਪਣਾ ਜਿੰਮ ਸਟਾਰਟ ਹੋ ਜਾਂਦਾ ਆ। ਅੱਜ ਦਾ ਜਿੰਮ ਵਿਜ਼ਿਟ ਕਰਾਉਣਗੇ ਆਪਾਂ ਨੂੰ ਅਨਮੋਲਦੀਪ ਜੀ। ਅਨਮੋਲ, ਕਿਵੇਂ ਹੋ? ਵਧੀਆ ਜੀ, ਤੁਸੀਂ ਦੱਸੋ? ਵਧੀਆ ਵਧੀਆ, ਮੈਂ ਵੀ ਵਧੀਆ। ਅੱਛਾ, ਮੈਨੂੰ ਸਭ ਤੋਂ ਪਹਿਲਾਂ ਮੇਰਾ ਫੇਵਰਟ ਸਵਾਲ ਇਹੀ ਆ ਕਿ ਜਿੰਮ ਦਾ ਏਰੀਆ ਕਿੰਨਾ ਆ? ਆਪਣੇ ਜਿੰਮ ਦਾ ਏਰੀਆ 5000 square feet ਹੈ। ਠੀਕ ਹੈ, 5000 square feet। ਅਤੇ ਆਪਾਂ ਅੱਗੇ ਸਟਾਰਟ ਕਰਦੇ ਜਿੰਮ ਦੇ ਵਿੱਚ। ਹਾਂਜੀ, ਆ ਜਾਓ। ਸਭ ਤੋਂ ਪਹਿਲੀ ਫੈਸਿਲਿਟੀ ਇਹਨਾਂ ਦੀ ਇਹ ਹੈਗੀ ਆ ਕਿ ਜਿੰਮ ਦੇ ਵਿੱਚ ਲੋਕਰ ਹੈਗਾ। ਜੇਕਰ ਤੁਸੀਂ ਆਪਣਾ ਕੋਈ ਇੰਪੋਰਟੈਂਟ ਸਮਾਨ ਲੈ ਕੇ ਆਇਓਗੇ ਤਾਂ ਤੁਸੀਂ ਆਪਣਾ ਲੋਕਰ ਦੇ ਵਿੱਚ ਰੱਖ ਸਕਦੇ ਹੋ। ਕੋਈ ਵੀ ਸਮਾਨ ਆ ਤੁਹਾਡਾ, ਤੁਸੀਂ ਇੱਥੇ ਰੱਖ ਕੇ ਆਪਣਾ ਵਰਕਆਊਟ ਵਗੈਰਾ ਕਰ ਸਕਦੇ ਹੋ। ਆ ਜਾਓ ਜਿੰਮ ਦੇ ਵਿੱਚ। ਸਾਰੇ ਸਾਡੇ ਕੋਲ ਆਪਣੇ ਕੋਲ ਟ੍ਰਬਸਟਰ ਦੇ ਹੈਗੇ ਆ। ਓਕੇ, ਇਕਿਊਪਮੈਂਟਸ ਇਹ ਹੈਗੀ ਆਪਣੀ ਲੈਗ ਕਰਲ। ਠੀਕ ਹੈ, ਪ੍ਰੋਪਰ ਐਂਗਲ ਦੇ ਨਾਲ। ਉਸ ਤੋਂ ਬਾਅਦ ਆਪਣੀ ਆ ਜਾਂਦੀ ਆ ਲੈਗ ਐਕਸਟੈਂਸ਼ਨ, ਆ ਜਾਂਦੀ ਹੈ ਲੈਗ ਐਕਸਟੈਂਸ਼ਨ ਆ ਜਾਂਦੀ ਆ ਜਿਹੜੀ ਕਿ ਐਡਜਸਟ ਹੋ ਸਕਦੀ ਆ। ਓਕੇ, ਮਤਲਬ ਹਾਈਟ ਛੋਟੀ ਵੱਡੀ ਹੁੰਦੀ ਆ ਉਹਦੇ ਅਕੋਰਡਿੰਗ ਆ ਜਾਂਦੀ ਆ। ਉਸ ਤੋਂ ਬਾਅਦ ਮੈਨੂੰ ਲੱਗਦਾ ਸ਼ੋਲਡਰ ਦੀ ਆ, ਸ਼ੋਲਡਰ ਪ੍ਰੈਸ ਆ ਜਾਂਦੀ ਆ। ਸ਼ੋਲਡਰ ਪ੍ਰੈਸ ਆ, ਠੀਕ ਹੈ। ਇਹਦੇ ਨਾਲ ਹੀ ਆਪਣੇ ਸੀਟੀ ਡਰੋ ਵਾਲੀ, ਇਹ ਆਪਣੇ ਕੋਲ ਐਡਵਾਂਸ ਵਾਲੀ ਸੀਟੀ ਡਰੋ ਆ ਜਿਹੜੀ ਤੁਸੀਂ ਸਿੰਗਲ ਇੰਡੀਵਿਜੁਅਲੀ ਵੀ ਲਾ ਸਕਦੇ ਹੋ ਇਹਨੂੰ। ਓਕੇ, ਸਿੰਗਲ ਹੈਂਡ ਵੀ ਲਾ ਸਕਦੇ ਹੋ, ਡਬਲ ਹੈਂਡ ਵੀ ਲਾ ਸਕਦੇ ਹੋ। ਡਬਲ ਹੈਂਡ ਵੀ ਲਾ ਸਕਦੇ ਹੋ। ਉਸ ਤੋਂ ਬਾਅਦ ਆਪਣਾ ਸਕੁਆਇਰ ਰੈਕ ਆ ਜਾਂਦਾ, ਨਾਲ ਹੀ ਇਹਦੇ ਆਪਾਂ ਪੁਲ ਅਪਸ ਵਗੈਰਾ ਵੀ ਲਗਾ ਸਕਦੇ ਹਾਂਗੇ। ਠੀਕ ਹੈ, ਤੇ ਵੇਟ ਆਪਣੇ ਕੋਲ ਸਾਰਾ ਰਬੜ ਵੇਟ ਹੈ। ਓਕੇ, ਜਿਹੜਾ ਬਾਉਂਸੀ ਹੈਗਾ ਆਪਣੇ ਕੋਲ ਡੈਡ ਲਿਫਟ ਸਟੇਸ਼ਨ ਆ ਗਿਆ ਇਸ ਸਾਈਡ ਤੇ। ਠੀਕ ਹੈ, ਠੀਕ ਹੈ, ਬਾਕੀ ਏਰੀਆ ਆ ਗਿਆ। ਇਸ ਸਾਈਡ ਆਪਣੀ ਚੈਸਟ ਪ੍ਰੈਸ, ਠੀਕ ਹੈ, ਇਹ ਵੀ ਐਡਜਸਟ ਹੋ ਸਕਦੀ ਹੈ। ਠੀਕ ਹੈ, ਓਕੇ, ਡਿਕਲਾਈਨ ਵੀ ਹੋ ਜਾਂਦੀ ਹੈ, ਇਨਕਲਾਈਨ ਵੀ ਹੋ ਜਾਂਦੀ ਹੈ। ਠੀਕ ਹੈ, ਪੈਕ ਫਲਾਈ ਇਸ ਸਾਈਡ, ਇਹ ਆਪਣੀ ਆ ਜਾਂਦੀ ਹੈ ਪੈਕ ਫਲਾਈ। ਅਤੇ ਰੀਅਰ ਸ਼ੋਲਡਰ ਦੋਨੋਂ, ਓਕੇ, ਇਹ ਮਲਟੀਪਲ ਹੋ ਜਾਂਦੀ ਹੈ, ਲਾਈਕ ਰੀਅਰ ਡੈਲਟਾ, ਡਬਲ ਮਸਲ ਨੂੰ ਟ੍ਰੇਨ ਕਰਦੀ ਹੈ। ਰੀਅਰ ਡੈਲਟ ਅਤੇ ਪੈਕ ਫਲਾਈ, ਚੈਸਟ ਐਂਡ ਸ਼ੋਲਡਰ ਦੀ ਐਕਸਰਸਾਈਜ਼ ਹੈਗੀ। ਜਿੱਦਾਂ ਹੁਣ ਆਪਾਂ ਨੇ ਇਹ ਕਰ ਲਿਆ, ਇਹ ਰੀਅਰ ਡੈਲਟ ਦੀ ਹੋ ਜਾਂਦੀ ਆ। ਉਸ ਤੋਂ ਬਾਅਦ ਆਪਾਂ ਅੱਗੇ ਨੂੰ ਮੂਵ ਕਰਕੇ ਲਗਾ ਸਕਦੇ ਹਾਂ, ਲਾਈਕ ਚੈਸਟ ਫਲਾਈ। ਠੀਕ ਹੈ, ਉਸ ਤੋਂ ਬਾਅਦ ਕੇਬਲ, ਇਸ ਤੋਂ ਆਪਣੀ ਕੇਬਲ ਫਲਾਈ, ਕੇਬਲ ਕ੍ਰੋਸ ਕਹਿ ਦਿੰਦੇ ਆ ਮਸ਼ੀਨ ਨੂੰ। ਮਲਟੀਪਲ ਮਸ਼ੀਨ ਆ, ਇਹਦੇ 'ਤੇ ਬਹੁਤ ਸਾਰੀਆਂ ਐਕਸਰਸਾਈਜ਼ ਹੋ ਜਾਂਦੀਆਂ ਨੇ, ਚੈਸਟ ਦੀਆਂ, ਟ੍ਰਾਈਸੈਪਸ, ਬਾਈਸੈਪਸ, ਸ਼ੋਲਡਰ, ਜੋ ਵੀ ਕਰਨਾ ਆ ਤੁਸੀਂ ਇਹਦੇ 'ਤੇ ਕਰ ਸਕਦੇ ਹੋ। ਬਹੁਤ ਹੀ ਡਿਮਾਂਡ ਆ ਗਈ ਇਹ ਵਾਲੀ ਮਸ਼ੀਨ ਦੀ। ਕੁਆਲਿਟੀ ਵਾਈਜ਼ ਚੈੱਕ ਕਰ ਸਕਦੇ ਹੋ, ਬਹੁਤ ਹੀ ਸਮੂਥ ਹੈ, ਬਿਲਕੁਲ ਹੀ ਸਮੂਥ ਹੈ। ਚੈੱਕ ਕਰੋ, ਆਰਾਮ ਨਾਲ ਮੂਵਮੈਂਟ ਹੁੰਦੀ ਹੈਗੀ ਅਪ ਡਾਊਨ ਦੀ। ਪੁੱਲ ਡਾਊਨ, ਲੈਟ ਪੁੱਲ ਡਾਊਨ, ਬੈਕ ਵਾਸਤੇ ਲੈਟ ਪੁੱਲ ਮਸ਼ੀਨ ਆ। ਚਲੋ, ਇਹ ਸਭ ਤੋਂ ਬੈਸਟ ਮਸ਼ੀਨ ਹੈਗੀ ਲੈਟ ਪੁੱਲ ਡਾਊਨ ਦੀ, ਕਿਉਂਕਿ ਇਹਦੀ ਸੀਟ ਲੋਅ ਹੈਗੀ ਹੈ। ਓਕੇ, ਇਹਦੇ ਵਿੱਚ ਸਟ੍ਰੈਚ ਪ੍ਰੋਪਰ ਆਉਂਦਾ। ਓਕੇ, ਮਤਲਬ ਜਿਨ੍ਹਾਂ ਦੀ ਹਾਈਟ ਵੱਡੀ ਹੁੰਦੀ ਆ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਕਿ ਬਾਹਾਂ ਨਹੀਂ ਸਿੱਧੀਆਂ ਹੁੰਦੀਆਂ, ਇਸ ਲਈ ਇਹ ਸੀਟ ਜ਼ਿਆਦਾ ਨੀਚੀ ਆ ਅਤੇ ਹੱਥ ਉੱਪਰ ਤੱਕ ਆਪਾਂ ਖੁੱਲ੍ਹੇ ਪਾ ਸਕਦੇ ਹਾਂ, ਆਪਣੀ ਹੱਥਾਂ ਦੀ ਮੂਵਮੈਂਟ ਪ੍ਰੋਪਰ ਹੁੰਦੀ ਆ, ਇਸ ਲਈ ਬੈਸਟ ਲੱਗਦੀ ਆ ਫਿਰ ਇਸ ਹਿਸਾਬ ਨਾਲ ਤਾਂ ਇਹ। ਠੀਕ ਹੈ, ਉਸ ਤੋਂ ਬਾਅਦ ਪ੍ਰੀਚਰ ਕਰਲ, ਪ੍ਰੀਚਰ ਕਰਲ ਬਾਈਸੈਪਸ ਵਾਸਤੇ, ਪ੍ਰੀਚਰ ਕਰਲ ਇਹ ਵਾਲੀ ਮਸ਼ੀਨ, ਅਤੇ ਆਪਣੀ ਹੈਮਰ ਸਟਰੈਂਥ ਮਸ਼ੀਨ ਹੈਗੀ ਹੈ। ਠੀਕ, ਮਲਟੀ ਮਸ਼ੀਨ ਹੈ ਜਿਹਦੇ ਵਿੱਚ ਤੁਸੀਂ ਚੈਸਟ ਪ੍ਰੈਸ ਲਾ ਸਕਦੇ ਹੋ, ਇਨਕਲਾਈਨ, ਠੀਕ ਹੈ, ਨਾਲ ਰਿਵਰਸ, ਇਹ ਤੁਸੀਂ ਇੰਡੀਵਿਜੁਅਲੀ ਵੀ ਵਰਕ ਕਰ ਸਕਦੇ ਹੋ ਅਤੇ ਦੋ ਥਾਂ ਵੀ। ਠੀਕ ਹੈ, ਆ ਜਾਓ ਅੱਗੇ, ਆ ਜਾਓ। ਇਹ ਆਪਣੀ ਹੈਗੀ ਹੈ ਸਮਿਥ ਮਸ਼ੀਨ, ਜਿਹਦੇ ਵਿੱਚ ਤੁਸੀਂ ਮਲਟੀ ਐਕਸਰਸਾਈਜ਼ ਕਰ ਸਕਦੇ ਹੋ, ਲੈਗਸ ਦੀ, ਚੈਸਟ ਦੀ ਅਤੇ ਸ਼ੋਲਡਰ, ਸ਼ੋਲਡਰ ਪ੍ਰੈਸ। ਠੀਕ ਹੈ, ਸਭ ਤੋਂ ਵੱਧ ਡਿਮਾਂਡ ਆਉਂਦੀ ਹੈਗੀ ਸਮਿਥ ਮਸ਼ੀਨ ਦੀ, ਜਿਹੜੇ ਬਿਗਨਰ ਹੁੰਦੇ ਆ ਜਿਨ੍ਹਾਂ ਤੋਂ ਸਕੁਆਇਰਸ ਨਹੀਂ ਲੱਗਦੀ ਜਾਂ ਬੈਲੈਂਸ ਨਹੀਂ ਬਣਦਾ ਚੈਸਟ ਜਾਂ ਸ਼ੋਲਡਰ ਲਗਾਉਣ ਵੇਲੇ, ਉਹਨਾਂ ਲਈ ਬਹੁਤ ਹੈਲਪਫੁਲ ਮਸ਼ੀਨ ਹੈਗੀ ਸਮਿਥ ਮਸ਼ੀਨ। ਇਹਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਆ, ਇਹ ਮਸ਼ੀਨ ਵੀ ਇਹਨਾਂ ਕੋਲ ਬੈਸਟ ਕੁਆਲਿਟੀ ਦੇ ਵਿੱਚ ਅਵੇਲੇਬਲ ਹੈਗੀ ਇੱਥੇ। ਉਸ ਤੋਂ ਬਾਅਦ ਡਿਕਲਾਈਨ ਬੈਂਚ, ਡਿਕਲਾਈਨ ਬੈਂਚ ਹੈਗਾ ਇਸ ਸਾਈਡ, ਆਪਣਾ ਫ੍ਰੀ ਵੇਟ ਏਰੀਆ ਆ ਗਿਆ ਜਿੱਦਾਂ ਡੰਬਲ। ਓਕੇ, ਡੰਬਲ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਤੁਹਾਡੇ ਕੋਲ ਹੈਗੇ? 5 ਤੋਂ ਲੈ ਕੇ 40 ਤੱਕ ਡੰਬਲ ਹੈਗੇ। ਓਕੇ, 5 ਤੋਂ ਲੈ ਕੇ 40 ਤੱਕ ਡੰਬਲ ਹੈਗੇ, ਮਤਲਬ ਕਿ ਬਿਗਨਰ ਤੋਂ ਲੈ ਕੇ ਐਡਵਾਂਸ ਲੈਵਲ ਦਾ ਇਹ ਬੰਦਾ ਹੈਗਾ ਕੋਈ ਵਰਕਆਊਟ ਕਰਨਾ ਚਾਹੁੰਦਾ, ਉਹਦੇ ਲਈ ਵੇਟ ਅਵੇਲੇਬਲ ਆ। ਜ਼ਿਆਦਾ ਸਟਰੈਂਥ ਵਾਸਤੇ 40 ਕਿਲੋ ਤੱਕ ਤੁਸੀਂ ਯੂਜ਼ ਕਰ ਸਕਦੇ ਹੋ, ਇਹਨਾਂ ਕੋਲ 40 ਕਿਲੋ ਤੱਕ ਦੇ ਡੰਬਲ ਹੈਗੇ ਆ। ਓਕੇ, ਉਸ ਤੋਂ ਬਾਅਦ ਅੱਗੇ ਵਾਲੀ, ਬਾਕੀ ਬੈਂਚਿਸ ਦੀ ਤੁਸੀਂ ਕੁਆਲਿਟੀ ਦੇਖ ਸਕਦੇ ਹੋ, ਬਿਲਕੁਲ ਹੀ ਡਿਫਰੈਂਟ ਬੈਂਚਿਸ ਹੈਗੇ ਆਪਣੇ। ਓਕੇ, ਜਿਹੜੇ ਕਿ ਪ੍ਰੋਪਰ ਤੁਹਾਡੇ ਮਸਲ ਨੂੰ ਟਾਰਗੇਟ ਕਰਦੇ, ਤੁਸੀਂ ਇੱਕ ਵਾਰ ਬੈਠ ਕੇ ਦੇਖੋ ਬੈਂਚ 'ਤੇ, ਲੇਟ ਕੇ ਦੇਖੋ। ਜੇ ਤੁਸੀਂ ਇਹ 'ਤੇ ਚੈਸਟ ਪ੍ਰੈਸ ਕਰੋਗੇ ਤਾਂ ਸਿਰਫ ਤੁਹਾਡੀ ਚੈਸਟ 'ਤੇ ਹੀ ਪ੍ਰੈਸ਼ਰ ਆਏਗਾ, ਤੁਹਾਡੇ ਰੀਅਰ ਸ਼ੋਲਡਰ 'ਤੇ ਨਹੀਂ ਆਏਗਾ। ਬਿਲਕੁਲ ਸਹੀ ਆ। ਅਤੇ ਇਸ ਤੋਂ ਬਾਅਦ ਇਹ ਵਾਲੀ ਆਪਣੀ ਟੀ ਬਾਰ ਹੈਗੀ ਹੈ। ਓਕੇ, ਜਿਹੜੇ ਕਿ ਅਲੱਗ ਅਲੱਗ ਐਂਗਲਸ,
मतलब मल्टीपल एंगल है, वाइड एंगल भी यूज कर सकते हैं ते क्लोज एंगल भी यूज कर सकते हैं। एक बार ला के दिखा देंगे, ये वाइड एंगल आ जाता है। हाँ जी, जो आप क्लोज करना है तो क्लोज एंगल आ जाता। ये एक होर भी चीज़ एडजस्टेबल हैगी है, जड़ा कि आ पैर रखने का रैक है ना, हाइट के अकॉर्डिंग सैट हो जाता। ओके, जी हाइट बड़ी छोटी है तो तुम बिल्कुल नीचे कर सकते हो, छोटी है तो उपर कर सकते हो। ठीक है, उस तो बाद अपना फ्लैट बेंच आ जाता है। फ्लैट बेंच मतलब चेस्ट लिए तिने बेंच अवेलेबल है, इनकलाइन डिकलाइन तो फ्लैट जेडे कि सारे चाहिए होंगे है। उस तो बाद लैग प्रैस। लैग प्रैस हुण तक तुसी जिम का स्ट्रेंथ एरिया देख लिया है, हुण आपां तुहानू उपर कार्डियो का दिखाने आगे जिथे क्लासेस लगदियां ने उपर ले एरिया दिखाने तुहानू। आ जाओ, एक डांस स्टूडियो आ गया इतने। okay. अपने योगा सैशन होंगे, ठीक है, भंगड़ा क्लासिज होंगे, ठीक है, जुम्बा क्लासिज होंगे, ठीक है, तो नाले ऐप सैशन भी होंगे जो अपने जिम ट्रेनर वालों ही रखे जाते हैं। ओके ओके, मतलब यदि कोई टाइमिंग होंगे थोड़ी पक्की भी अपने टाइमिंग्स होंगी है इस साइड से अपना टाइमिंग एक बार इन्होंने दिखा दे, शेड्यूल करके दिखा दियो सारी चीज़ें अपनी शेड्यूल्ड होंगी है इदा ना। ओके ओके, मतलब ओवरऑल सारिया क्लासेस लगदी हैं, जिहड़ा भंगड़े का शौकीन आ वह भंगड़े वास्ते क्लास ज्वाइन कर सकता है, डांस का या एरोबिक्स का या ऐप्स का वर्कआउट करना चाहता है उसके वास्ते जगह अवेलेबल आ। बाकी रोप पे आएगा, रोप वेविंग करनी जी ना वह भी कर सकता है, तो स्टैपर्स वगैरह द्लासिज लग जाए ने। उरे ये वाला सीगा डांस फ्लोर, तो हुण आपां दिखावांगे तुहानू उपरला कार्डियो सैशन जिते अपने जॉगिंग वास्ते मशीनस ने, ट्रेडमिल वगैरह, साइकलिंग वो वाला दिखाने सन एरिया। ये सर अपना कार्डियो सैशन आ गया। ओके, इत्थे मतलब कि स्ट्रैच सारा स्ट्रैचिंग एरिया। ओके, इत्थे क्लाइंट स्ट्रैचिंग अपना थोड़ा क्रॉसफिट का वर्कआउट इस साइड पे कर लेंदे आ, ते उस तो बाद अपना डिप्स बेंच। डिप्स बेंच एब्स का वर्कआउट लगाने लई, ठीक है, उस तो अपने ट्रेडमिल्स आ गए। फोर ट्रेडमिल्स आ गई। ओके, सारी टूबस्टर दी है। ओके ओके, ते नाल साइकलिंग सेम टूबस्टर दी, ये अपने हाइपर एक्सटेंशन आप उपर रखी हैगी है। ओके, हाइपर एक्सटेंशन। हाँ जी, ये थोड़े एडवांस लैवल की हाइपर एक्सटेंशन है, जेडे तुसी देखिया होना कि लोग बेंच के पिछे किसी को बिठा के करते हैं। बिल्कुल, पर वो आप मशीन ही रख ली। ओके, किसी को बिठाने की लोड़ नहीं, तो तुसी कर सकते हो, बेस्ट है। तो इस साइड अपने क्रॉस ट्रेनर्स, ये भी ट्रूबस्टर्स है। ओके, मतलब कि बेस्ट क्वालिटी के इक्यूपमेंट्स है इतने, क्रॉस ट्रेनर या ट्रेडमिल है या साइकिल ने, बेस्ट क्वालिटी दे आ, इंजरी दे कोई थोड़ी चांसिस नहीं होंगे, इन्हों का क्वालिटी वाइज बहुत ही वधिया आ। बाकी थोड़ू स्ट्रेंथ दी मशीन दिखा दी हैं, एब्स की मशीन इन्होंने को हैगी, डिप्स वगैरह की हैगी, ओवरऑल तुम जिम देख ली आ, सारी फैसिलिटी थोड़ी दिखा दी आ। बाकी जिम के स्पा वगैरह भी हैगी, स्टीम बाथ वो नीचे हैगा। हुण तुसी देख ही लिया सारी जिम ओवरऑल, स्ट्रेंथ मशीन हो गई, जिदा कार्डियो हो गया, स्पा एरिया सारा कुछ मैं तुम्हें दिखा दिता है। हुण गल आ जाती है जिम की मैंबरशिप की, इन्हां दे ऑफर भी चल रहे, वह तुम मैडम दसणगे। मैम की ऑफर चल रहा थोड़े? हैलो एवरीवन, असीं समर ऑफर कढ़िया होया जिहड़ा कि इत्थे अपने नोटिस बोर्ड ते लिखिया होया, इफ यू बाय द 3 मंथ मैंबरशिप तुहानू 2 मंथ टोटली फ्री मिलणगे, राइट। ते प्लस एक होर तुहानू ऑफर दिंदे आ असीं, जिहड़े वी लवप्रीत फिटनेस तो ये वीडियो वेख के आणगे उहनां नू एक्स्ट्रा 10% ऑफ दित्ता जावेगा। लो जी, बहुत बड़ा ऑफर मिल गया है तुहानू। पहला तो थोड़ा 3 मंथ के नाल 2 महीने फ्री मिलते, मतलब 3 महीने की फीस भरो तो 5 मंथ मिल जाएंगे। उत्तों की एक ऑफर होर वड्डा है, 10% एक्स्ट्रा ऑफ मिल रहा जिहड़ा मेरी वीडियो देख के आऊगा, इन्होंने वीडियो दिखा दिओ आके तो 10% ऑफ लै लो। जाते जाते हम मेरी वीडियो लाइक जरूर कर दिओ, इदा जो होर वीडियो देखने मेरे चैनल में सबसक्राइब कर लियो। मैं थोड़ा अपना लवली फिटनेस।